ਵੈਲ ਹੁਣ ਤੱਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਹੋਣਾ, ਮੈਂ ਸਵੇਰੇ ਵੀ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕਿਆ ਵੀ ਇੱਕ ਮਾੜੀ ਖਬਰ ਆਪਣੇ ਸਾਰਿਆਂ ਦੇ ਸਾਹਮਣੇ ਆਈ ਹੈ। ਇਸਰੋ ਦਾ ਚੰਦਰਯਾਨ 2 ਮਿਸ਼ਨ ਦਾ ਜਿਹੜਾ ਵਿਕਰਮ ਲੈਂਡਰ ਸੀਗਾ ਉਹਦੇ ਨਾਲ ਕੰਟੈਕਟ ਲੋਸਟ ਹੋ ਚੁੱਕਿਆ। ਸੋ ਆਪਾਂ ਇਹ ਐਨਾਲਾਈਜ਼ ਕਰਾਂਗੇ ਵੀ ਇਹੀ ਜੀ ਕਿਹੜੀ ਪੋਸੀਬਿਲਿਟੀ ਹੋ ਸਕਦੀ ਹੈ ਜਿਹਦੇ ਨਾਲ ਇਹ ਕੰਟੈਕਟ ਲੋਸਟ ਹੋਇਆ, ਤੇ ਚੰਦਰਯਾਨ 2 ਮਿਸ਼ਨ ਕੀ ਸੀ ਆਪਾਂ ਇਹਦੇ ਬਾਰੇ ਵੀ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ। 22 ਜੁਲਾਈ 2019 ਅੱਜ ਤੋਂ ਲਗਭਗ 48 ਦਿਨ ਪਹਿਲਾਂ ਚੰਦਰਯਾਨ 2 ਮਿਸ਼ਨ ਨੂੰ ਲਾਂਚ ਕੀਤਾ ਗਿਆ ਸੀ। ਇਸਰੋ ਦਾ ਤੇ ਆਪਣੇ ਪੂਰੇ ਦੇਸ਼ ਦਾ ਇਹ ਕਾਫੀ ਐਂਬੀਸ਼ੀਅਸ ਪ੍ਰੋਗਰਾਮ ਸੀਗਾ, ਕਾਫੀ ਦੁੱਖ ਵਾਲੀ ਖਬਰ ਹੈਗੀ ਇਹ। ਤੇ ਅੱਜ ਯਾਨੀ ਕਿ 7 ਸਪਟੰਬਰ 2019 ਨੂੰ ਚੰਦਰਯਾਨ 2 ਮਿਸ਼ਨ ਨੇ ਮੂਨ ਦੇ ਸਰਫੇਸ ਦੇ ਉੱਪਰ ਲੈਂਡ ਕਰਨਾ ਸੀਗਾ। ਦੁੱਖ ਵਾਲੀ ਗੱਲ ਤੁਸੀਂ ਇਹ ਦੇਖੋ ਵੀ ਮੂਨ ਦੇ ਸਰਫੇਸ ਤੋਂ ਸਿਰਫ 2 ਕਿਲੋਮੀਟਰ ਦੇ ਲਗਭਗ ਦੂਰੀ ਰਹਿ ਗਈ ਸੀ ਵਿਕਰਮ ਲੈਂਡਰ ਨੇ ਆਪਣਾ ਚੰਦਰਯਾਨ ਮਤਲਬ ਚੰਦਰਯਾਨ 2 ਮਿਸ਼ਨ ਦਾ ਜਿਹੜਾ ਵਿਕਰਮ ਲੈਂਡਰ ਸੀਗਾ ਇਹਨੇ ਮੂਨ ਦੇ ਸਰਫੇਸ ਦੇ ਉੱਪਰ ਲੈਂਡ ਕਰਨਾ ਸੀ। ਸਿਰਫ 2 ਕਿਲੋਮੀਟਰ ਦੀ ਦੂਰੀ ਰਹਿ ਗਈ ਸੀ। ਤੇ ਦੇਖੋ ਤੁਸੀਂ ਸਫਲਤਾ ਦੇ ਇੰਨੀ ਨੇੜੇ ਆ ਕੇ ਮੁੜਨਾ ਤੇ ਇਹਨੂੰ ਸਹਿਣਾ ਆਪਦੇ ਆਪ ਦੇ ਲਈ ਬਹੁਤ ਜ਼ਿਆਦਾ ਦਲੇਰੀ ਚਾਹੀਦੀ ਹੈ ਇਹ ਗੱਲ ਦੀ। ਹੁਣ ਆਪਾਂ ਦੇਖਦੇ ਹਾਂ ਐਨਾਲਾਈਜ਼ ਕਰਦੇ ਹਾਂ ਵੀ ਇਹੋ ਜਿਹੀ ਕੀ ਪੋਸੀਬਿਲਿਟੀ ਹੋ ਸਕਦੀ ਹੈ ਜਿਹਦੇ ਨਾਲ ਇਹ ਕੰਟੈਕਟ ਲੋਸਟ ਹੋਇਆ। ਦੇਖੋ ਸਮਝੋ ਚੰਦਰਯਾਨ 2 ਮਿਸ਼ਨ ਸੀਗਾ ਜਿਹੜਾ ਉਹਦੇ 3 ਪਾਰਟ ਸੀਗੇ, ਆਪਾਂ ਸਾਰਿਆਂ ਨੂੰ ਪਤਾ ਹੈ। ਇੱਕ ਆਰਬਿਟਰ ਸੀਗਾ ਜਿਹੜਾ ਮੂਨ ਦੇ ਸਰਫੇਸ ਨੂੰ ਆਰਬਿਟ ਕਰੂਗਾ, ਇੱਕ ਵਿਕਰਮ ਲੈਂਡਰ ਸੀਗਾ ਜਿਹਦਾ ਨਾਮ ਵਿਕਰਮ ਸੀਗਾ ਲੈਂਡਰ ਸੀਗਾ, ਤੇ ਇੱਕ ਰੋਵਰ ਸੀਗਾ, ਰੋਵਰ ਦਾ ਨਾਮ ਪ੍ਰਗਿਆਨ ਸੀਗਾ। ਹੁਣ ਜਦੋਂ ਆਰਬਿਟਰ ਤੋਂ ਵਿਕਰਮ ਲੈਂਡਰ ਅਲੱਗ ਹੋਇਆ ਤੇ ਵਿਕਰਮ ਲੈਂਡਰ ਦੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਇਹਦੇ ਨੀਚੇ ਥ੍ਰਸਟਰ ਲੱਗੇ ਹੋਏ ਨੇ, ਇਹ ਸੈਂਸਰ ਤੇ ਚੱਲਦੇ ਨੇ। ਹੁਣ ਆਰਬਿਟਰ ਦੇ ਨਾਲ ਇਹ ਕਨੈਕਟਡ ਸੀਗੇ ਇਹ ਸੈਂਸਰ, ਇਹ ਸੈਂਸਰ ਨੂੰ ਹੀ ਮਤਲਬ ਆਰਬਿਟਰ ਨੇ ਦੱਸਣਾ ਸੀਗਾ ਵੀ ਕਿੰਨਾ ਫਿਊਲ ਰਿਲੀਜ਼ ਕਰਨਾ ਹੈ। ਜਦੋਂ ਇਹਦਾ ਕੰਟੈਕਟ ਆਰਬਿਟਰ ਦੇ ਨਾਲ ਲੋਸਟ ਹੋਇਆ ਤਾਂ ਉਦੋਂ ਇਹਨੂੰ ਪਤਾ ਨਹੀਂ ਚੱਲਿਆ ਵਿਕਰਮ ਲੈਂਡਰ ਨੂੰ ਵੀ ਕਿੰਨਾ ਫਿਊਲ ਇਹਨਾਂ ਥ੍ਰਸਟਰ ਨੇ ਰਿਲੀਜ਼ ਕਰਨਾ ਹੈ ਤੇ ਇਹਦੇ ਨਾਲ ਇਹ ਫ੍ਰੀ ਫਾਲ ਕਰ ਗਿਆ, ਇਹ ਇੱਕ ਪੋਸੀਬਿਲਿਟੀ ਹੋ ਸਕਦੀ ਹੈ। ਬਟ ਉਮੀਦ ਦੇ ਉੱਪਰ ਦੁਨੀਆ ਕਾਇਮ ਹੈ, ਹਾਲੇ ਆਪਾਂ ਨੂੰ ਸਿਰਫ ਇਹਦਾ ਸਿਗਨਲ ਇਹਦਾ ਮਤਲਬ ਪਤਾ ਨਹੀਂ ਚੱਲ ਰਿਹਾ, ਸਿਰਫ ਸਿਗਨਲ ਹੀ ਲੋਸਟ ਹੋਇਆ, ਕੁਝ ਵੀ ਪੋਸੀਬਲ ਹੋ ਸਕਦਾ। ਸੋ ਹੋਪ ਉਮੀਦ ਵਧੀਆ ਕਰੋ ਵੀ ਕੁਛ ਆਪਣੇ ਇੰਡੀਆ ਦੇ ਲਈ ਕੋਈ ਵਧੀਆ ਨਤੀਜਾ ਸਾਹਮਣੇ ਆ ਸਕੇ, ਉਮੀਦ ਤੇ ਹੀ ਦੁਨੀਆ ਕਾਇਮ ਹੈਗੀ। ਤੇ ਇਹ ਖਬਰ ਸੁਣ ਕੇ ਆਪਣੇ ਇਸਰੋ ਦੇ ਜਿਹੜੇ ਚੇਅਰਮੈਨ ਨੇਗੇ ਡਾਕਟਰ ਕੇ ਸਿਵਨ, ਇਹਨਾਂ ਦਾ ਵੀ ਮਨ ਭਰ ਆਇਆ ਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਗੱਲ ਲੱਗ ਕੇ ਇਹ ਰੋਣ ਲੱਗ ਪਏ। ਦੇਖੋ ਦੁੱਖ ਹੁੰਦਾ ਹੈ ਕਿਉਂਕਿ ਇਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਸੀਗੀ। ਜੇ ਤੁਸੀਂ ਡਾਕਟਰ ਕੇ ਸਿਵਨ ਦੀ ਲਾਈਫ ਬਾਰੇ ਪੜੋਗੇ ਤਾਂ ਇਹਨਾਂ ਦੀ ਆਪਦੀ ਸਟੋਰੀ ਵੀ ਕਾਫੀ ਜ਼ਿਆਦਾ ਇੰਸਪੀਰੇਸ਼ਨਲ ਹੈਗੀ। ਇਹ ਇੱਕ ਕਿਸਾਨ ਦਾ ਮੁੰਡਾ ਜਿਹੜਾ ਡਾਕਟਰ ਕੇ ਸਿਵਨ ਹੈ, ਇਹਨਾਂ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਆਪਣੇ ਇਸਰੋ ਨੂੰ ਇੰਨੀ ਜ਼ਿਆਦਾ ਬੁਲੰਦੀਆਂ ਉੱਪਰ ਲੈ ਕੇ ਗਏ, ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਆਪਣੇ ਪੂਰੇ ਦੇਸ਼ ਦੇ ਲਈ। ਇਹ ਚੰਦਰਯਾਨ 2 ਮਿਸ਼ਨ ਨੂੰ ਆਪਾਂ ਇੱਥੇ ਤੱਕ ਲੈ ਗਏ, ਇਹ ਆਪਣੇ ਲਈ ਬਹੁਤ ਹੀ ਜ਼ਿਆਦਾ ਇੱਕ ਗਰਵ ਵਾਲੀ ਗੱਲ ਹੈ। ਸੋ ਆਪਾਂ ਸਾਰਿਆਂ ਨੂੰ, ਮੈਂ ਵੀ ਚਾਹੁੰਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਚੀਜ਼ ਲਿਖੋ ਵੀ ਇਸਰੋ ਨੂੰ ਆਪਾਂ ਸਾਰਿਆਂ ਨੂੰ ਇਸਰੋ ਦੇ ਉੱਪਰ ਪ੍ਰਾਊਡ ਹੋਣਾ ਚਾਹੀਦਾ ਤੇ ਡਾਕਟਰ ਕੇ ਸਿਵਨ ਦੇ ਉੱਪਰ। ਸੋ ਬਹੁਤ ਹੀ ਜ਼ਿਆਦਾ ਮਿਹਨਤ ਸੀਗੀ, ਇਹਨਾਂ ਨੂੰ ਵੀ ਦੁੱਖ ਹੁੰਦਾ ਕਾਫੀ ਜਦੋਂ ਕੋਈ ਮਿਸ਼ਨ ਆਪਣਾ ਇੰਨਾ ਜ਼ਿਆਦਾ ਮਤਲਬ ਸਕਸੈਸ ਨਹੀਂ ਹੁੰਦਾ। ਬਟ ਇਹ ਮਿਸ਼ਨ ਟੋਟਲੀ ਫੇਲੀਅਰ ਵੀ ਨਹੀਂ ਹੈਗਾ। ਉਹ ਟੋਟਲ ਫੇਲੀਅਰ ਕਿਉਂ ਨਹੀਂ ਹੈਗਾ ਉਹ ਤੁਹਾਨੂੰ ਮੈਂ ਅੱਗੇ ਦੱਸਦਾ। ਪਹਿਲਾਂ ਆਪਾਂ ਹੁਣ ਗੱਲ ਕਰਦਾ ਚੰਦਰਯਾਨ 2 ਮਿਸ਼ਨ ਬਾਰੇ। ਇਹ ਮਿਸ਼ਨ ਹੈਗਾ ਕੀ ਸੀਗਾ? ਬੇਸਿਕਲੀ ਇੰਡੀਆ ਦਾ ਇਹ ਸੈਕਿੰਡ ਮਿਸ਼ਨ ਸੀਗਾ ਚੰਦ ਦੇ ਉੱਪਰ ਯਾਨੀ ਕਿ ਮੂਨ ਦੇ ਉੱਪਰ। ਇਸ ਤੋਂ ਪਹਿਲਾਂ ਸਨ 2008 ਦੇ ਵਿੱਚ ਆਪਾਂ ਨੇ ਚੰਦਰਯਾਨ 1 ਮਿਸ਼ਨ ਭੇਜਿਆ ਸੀਗਾ। ਚੰਦਰਯਾਨ 1 ਤੇ ਚੰਦਰਯਾਨ 2 ਮਿਸ਼ਨ ਦੇ ਵਿੱਚ ਫਰਕ ਬੇਸਿਕਲੀ ਇਹ ਸੀਗਾ, ਚੰਦਰਯਾਨ 1 ਸਿਰਫ ਇੱਕ ਆਰਬਿਟਰ ਮਿਸ਼ਨ ਸੀਗਾ ਤੇ ਚੰਦਰਯਾਨ 2 ਮਿਸ਼ਨ ਆਰਬਿਟਰ ਲੈਂਡਰ ਤੇ ਰੋਵਰ ਮਿਸ਼ਨ ਸੀਗਾ। ਇਹ ਦੋਵਾਂ ਦੇ ਵਿੱਚ ਫਰਕ ਸੀਗਾ। ਇਹਨੇ ਮੂਨ ਦਾ ਜਿਹੜਾ ਸਾਊਥ ਪੋਲ ਦਾ ਜਿਹੜਾ ਰੀਜਨ ਹੈਗਾ ਉਹਨੂੰ ਐਕਸਪਲੋਰ ਕਰਨਾ ਸੀ ਚੰਦਰਯਾਨ 2 ਮਿਸ਼ਨ ਨੇ, ਤੇ ਇਹਨੇ ਲੈਂਡ ਵੀ ਮੂਨ ਦਾ ਜਿਹੜਾ ਸਾਊਥ ਪੋਲ ਹੈ ਉੱਥੇ ਕਰਨਾ ਸੀ। ਜੇ ਇਹ ਪ੍ਰੋਪਰਲੀ ਲੈਂਡ ਹੋ ਜਾਂਦਾ ਤਾਂ ਆਪਣੀ ਇੰਡੀਆ ਦਾ ਇਹ ਦੁਨੀਆ ਦਾ ਪਹਿਲਾ ਇਹ ਜਿਹਾ ਰੋਵਰ ਬਣ ਜਾਂਦਾ, ਇਹ ਲੈਂਡਰ ਬਣ ਜਾਂਦਾ ਜਿਹੜਾ ਕਿ ਮੂਨ ਦੇ ਸਾਊਥ ਪੋਲ ਦੇ ਉੱਪਰ ਲੈਂਡ ਕਰਿਆ ਸੀਗਾ। ਬਹੁਤ ਹੀ ਜ਼ਿਆਦਾ ਆਪਣੇ ਲਈ ਇਹ ਸਕਸੈਸ ਵਾਲੀ ਗੱਲ ਹੁੰਦੀ। ਤੇ ਇਹਨੂੰ ਲਾਂਚ ਕੀਤਾ ਗਿਆ ਸੀਗਾ GSLV Mark III, ਜਿਹਨੂੰ ਆਪਾਂ ਬਾਹੂਬਲੀ ਦੇ ਨਾਮ ਨਾਲ ਜਾਣਦੇ ਹਾਂ। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਆ GSLV, PSLV, RSLV ਇਹ ਕੀ ਹੁੰਦੇ ਨੇ ਤਾਂ ਇਹਦੇ ਉੱਪਰ ਤੁਹਾਨੂੰ ਅਲੱਗ ਤੋਂ ਵੀਡੀਓ ਮਿਲ ਜੂਗੀ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾਇਓ, ਉੱਥੇ ਬਰਨਿੰਗ ਇਸ਼ੂ ਵਾਲੀ ਪਲੇਲਿਸਟ ਖੋਲਿਓ ਤੇ ਉਹਦੇ ਵਿੱਚ ਤੁਸੀਂ ਟਾਈਪ ਕਰ ਸਕਦੇ ਹੋ ਸਿੱਧਾ ਜਾਂ ਤਾਂ ਵੀ ਰਾਕਟ ਲਾਂਚ ਵਹੀਕਲਸ ਆਫ ਇੰਡੀਆ, ਠੀਕ ਹੈ, ਉੱਥੇ ਤੁਹਾਨੂੰ ਇਹ ਸਾਰਿਆਂ ਬਾਰੇ ਇਨਫੋਰਮੇਸ਼ਨ ਮਿਲ ਜੂਗੀ। ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇਹਦੇ 3 ਹਿੱਸੇ ਸੀਗੇ ਚੰਦਰਯਾਨ 2 ਮਿਸ਼ਨ ਦੇ, ਆਰਬਿਟਰ, ਲੈਂਡਰ ਤੇ ਰੋਵਰ। ਹੁਣ ਤੁਹਾਨੂੰ ਮੈਂ ਇੱਥੇ ਸਮਝਾਉਣਾ ਵੀ ਜਿਹੜਾ ਇਹ ਮਿਸ਼ਨ ਸੀਗਾ ਇਹ ਕੰਪਲੀਟ ਫੇਲੀਅਰ ਕਿਉਂ ਨਹੀਂ ਹੈਗਾ। ਸਭ ਤੋਂ ਪਹਿਲਾਂ ਆਹ ਪਿਕਚਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਭ ਕੁਝ ਦਿਖ ਰਿਹਾ ਵੀ ਆਹ GSLV ਆਪਣਾ Mark III ਹੈ, ਬਾਹੂਬਲੀ ਹੈ, ਆਹ ਆਰਬਿਟਰ ਹੈਗਾ, ਇਹ ਤੋਂ ਅਲੱਗ ਹੋਇਆ ਜੀ ਆਹ ਵਿਕਰਮ ਲੈਂਡਰ, ਤੇ ਵਿਕਰਮ ਲੈਂਡਰ ਦੇ ਵਿੱਚੋਂ ਆਹ ਨਿਕਲਣਾ ਸੀਗਾ ਰੋਵਰ ਜਿਹਦਾ ਨਾਮ ਹੈ ਜੀ ਪ੍ਰਗਿਆਨ। ਹੁਣ ਜਦੋਂ ਆਰਬਿਟਰ ਤੋਂ ਵਿਕਰਮ ਲੈਂਡਰ ਅਲੱਗ ਹੋਇਆ ਤਾਂ ਇਹਦਾ ਹੋ ਗਿਆ ਜੀ ਆਰਬਿਟਰ ਦੇ ਨਾਲ ਸਿਗਨਲ ਲੋਸਟ, ਤੇ ਇਹਨੂੰ ਨਹੀਂ ਪਤਾ ਚੱਲਿਆ ਵੀ ਮੈਂ ਥ੍ਰਸਟਰ ਦੇ ਵਿੱਚੋਂ ਕਿੰਨਾ ਫਿਊਲ ਰਿਲੀਜ਼ ਕਰਨਾ ਤੇ ਇਹ ਇਸੇ ਕਰਕੇ ਫ੍ਰੀ ਫਾਲ ਕਰ ਗਿਆ।
ਸੋ ਇਹ ਹੁਣ ਦੇਖੋ ਵਿਕਰਮ ਲੈਂਡਰ ਦਾ ਚਲੋ ਆਪਾਂ ਅਜ਼ਿਊਮ ਕਰ ਸਕਦੇ ਹਾਂ ਵੀ ਇਹ ਡਿੱਗ ਗਿਆ ਜਾਂ ਇਹ ਫੇਲ ਹੋ ਗਿਆ, ਬਟ ਜਿਹੜਾ ਇਹ ਆਰਬਿਟਰ ਹੈਗਾ ਇਹ ਅੱਜ ਵੀ ਫਿਲਹਾਲ ਇਸੇ ਟਾਈਮ ਜਿਹੜੇ ਟਾਈਮ ਮੈਂ ਵੀਡੀਓ ਰਿਕਾਰਡ ਕਰ ਰਿਹਾ ਇਸੇ ਟਾਈਮ ਵੀ ਇਹ ਮੂਨ ਦਾ ਜਿਹੜਾ ਸਰਫੇਸ ਆ ਉਹਨੂੰ ਆਰਬਿਟਰ ਉਹਨੂੰ ਆਰਬਿਟ ਕਰ ਰਿਹਾ। ਸੋ ਇਹ ਚੰਦਰਯਾਨ 2 ਮਿਸ਼ਨ ਕੰਪਲੀਟ ਫੇਲੀਅਰ ਨਹੀਂ ਹੈਗਾ। ਸੋ ਇਹ ਆਰਬਿਟਰ ਅੱਜ ਵੀ ਆਪਾਂ ਨੂੰ ਮੂਨ ਦੇ ਸਰਫੇਸ ਦੇ ਬਾਰੇ ਜਾਣਕਾਰੀ ਪ੍ਰੋਵਾਈਡ ਕਰ ਰਿਹਾ ਇਹ ਆਰਬਿਟਰ। ਹਾਂ ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਬਾਰੇ ਆਪਾਂ ਨੂੰ ਕੋਈ ਵੀ ਡਾਟਾ ਨਹੀਂ ਮਿਲ ਰਿਹਾ, ਉਮੀਦ ਕਰਨੀ ਚਾਹੀਦੀ ਆ ਆਪਾਂ ਨੂੰ ਪਰਮਾਤਮਾ ਅੱਗੇ ਠੀਕ ਹੈ ਵੀ ਇਹ ਮਿਸ਼ਨ ਸਕਸੈਸਫੁਲ ਹੋ ਜਾਏ, ਕੋਈ ਨਾ ਕੋਈ ਆਪਾਂ ਨੂੰ ਸੂ ਮਿਲ ਜੇ, ਕੋਈ ਨਾ ਕੋਈ ਆਪਾਂ ਨੂੰ ਇਹਦੇ ਨਾਲ ਲਿੰਕ ਦੁਬਾਰਾ ਐਸਟੈਬਲਿਸ਼ ਹੋ ਸਕੇ। ਸੋ ਆਪਾਂ ਨੂੰ ਵੀ ਇਹਨਾਂ ਦੀ ਮਿਹਨਤ ਦੇ ਉੱਪਰ ਆਪਾਂ ਨੂੰ ਕਦਰ ਹੋਣੀ ਚਾਹੀਦੀ ਹੈ ਠੀਕ ਹੈ। ਤੇ ਉਸ ਤੋਂ ਇਲਾਵਾ ਇਹ ਮਿਸ਼ਨ ਦਾ ਓਬਜੈਕਟਿਵ ਕੀ ਸੀਗਾ, ਦੇਖੋ ਇਹਨੇ ਮੂਨ ਦੀ ਟੋਪੋਲੋਜੀ ਹੋ ਗਈ, ਮਿਨਰਲੋਜੀ ਹੋ ਗਈ, ਐਗਜ਼ੋਸਫੀਅਰ ਮੂਨ ਦੇ ਉੱਪਰ ਜਿਹੜਾ ਵਾਟਰ ਸੀਗਾ ਉਹਨੂੰ ਐਕਸਪਲੋਰ ਕਰਨਾ ਸੀਗਾ ਜਿਹੜਾ ਚੰਦਰਯਾਨ 2 ਮਿਸ਼ਨ ਸੀਗਾ, ਤੇ ਆਈਸ ਕੈਪਸ ਲੱਭਣੇ ਸੀਗੇ। ਉਸ ਤੋਂ ਇਲਾਵਾ ਜਿਹੜੇ ਫੋਸਿਲ ਵਗੈਰਾ ਹੋ ਗਏ ਜਿਨ੍ਹਾਂ ਤੋਂ ਆਪਣੀ ਅਰਲੀ ਯੂਨੀਵਰਸ ਬਾਰੇ ਪਤਾ ਲੱਗ ਸਕੇ, ਇਹ ਸਾਰੇ ਨੂੰ ਐਕਸਪਲੋਰ ਕਰਨਾ ਸੀ। ਤੇ ਆਹ ਜਿਹੜਾ ਵਿਕਰਮ ਲੈਂਡਰ ਹੈਗਾ ਇਹਦੇ ਵਿੱਚੋਂ ਪ੍ਰਗਿਆਨ ਰੋਵਰ ਨਿਕਲਣਾ ਸੀਗਾ ਤੇ ਇਹਨੇ ਅੱਗੇ ਜਾ ਕੇ ਮੂਨ ਦੇ ਸਰਫੇਸ ਨੂੰ ਐਕਸਪਲੋਰ ਕਰਨਾ ਸੀਗਾ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਵੈਲ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ GSLV ਮਾਰਕ 3 ਇਹਦੇ ਬਾਰੇ ਵੀ ਕੁਝ ਗੱਲ ਕਰ ਲਈਏ, ਕਿਉਂਕਿ ਇਹ ਉਹੀ ਲਾਂਚ ਵਹੀਕਲ ਹੈਗਾ ਜਿਹਦੇ ਤੋਂ ਆਪਾਂ ਨੇ ਆਪਣਾ ਇਹ ਚੰਦਰਯਾਨ 2 ਮਿਸ਼ਨ ਲਾਂਚ ਕੀਤਾ ਸੀ। GSLV ਮਾਰਕ 3 ਬੇਸਿਕਲੀ ਇੱਕ 3 ਸਟੇਜ ਲਾਂਚ ਵਹੀਕਲ ਹੈ, ਇਹਨੂੰ ਬਾਹੂਬਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬੇਸਿਕਲੀ ਜਿਹੜੇ ਆਪਣੇ ਕਮਿਊਨੀਕੇਸ਼ਨ ਸੈਟੇਲਾਈਟਸ ਹੋ ਗਏ ਇਹਨਾਂ ਨੂੰ ਲਾਂਚ ਕਰਨ ਦੇ ਲਈ ਬੇਸਿਕਲੀ ਵਰਤਿਆ ਜਾਂਦਾ ਹੈ, ਕਿਉਂਕਿ ਇਹਦਾ ਆਪਦਾ ਭਾਰ ਬਹੁਤ ਜ਼ਿਆਦਾ ਹੈ, 640 ਟਨ ਦੇ ਲਗਭਗ ਇਹਦਾ ਭਾਰ ਹੈ, ਤੇ ਇਹ 8000 ਕਿਲੋ ਤੱਕ ਦਾ ਜਿਹੜਾ ਪੇਲੋਡ ਹੈ ਸੈਟੇਲਾਈਟ ਵਗੈਰਾ ਉਹਨੂੰ ਧਰਤੀ ਦਾ ਲੋ ਅਰਥ ਆਰਬਿਟ ਦੇ ਉੱਪਰ ਲਾਂਚ ਕਰ ਸਕਦਾ ਹੈ, ਯਾਨੀ ਕਿ 200 ਤੋਂ ਲੈ ਕੇ 2000 ਕਿਲੋਮੀਟਰ ਦੀ ਹਾਈਟ ਹੈ ਧਰਤੀ ਤੋਂ, ਇੱਥੇ ਇਹ 8000 ਕਿਲੋ ਤੱਕ ਦਾ ਪੇਲੋਡ ਲਾਂਚ ਕਰ ਸਕਦਾ ਹੈ। ਤੇ ਜਿਹੜਾ ਜੀਓ ਸਿੰਕਰੋਨਸ ਟ੍ਰਾਂਸਫਰ ਆਰਬਿਟ ਹੈ ਜਿਹਨੂੰ ਆਪਾਂ GTO ਆਰਬਿਟ ਕਹਿ ਦੇਣਾ, ਇੱਥੇ ਇਹ 4000 ਕਿਲੋ ਤੱਕ ਦਾ ਪੇਲੋਡ ਲਾਂਚ ਕਰ ਸਕਦਾ ਹੈ। GTO ਆਰਬਿਟ ਦੀ ਹਾਈਟ ਹੁੰਦੀ ਹੈ ਧਰਤੀ ਤੋਂ ਲਗਭਗ 36000 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ। ਤੇ ਉਸ ਤੋਂ ਇਲਾਵਾ ਇਹਦੇ ਵਿੱਚ 3 ਸਟੇਜਿਸ ਹੁੰਦੀਆਂ ਨੇ, ਪਹਿਲੀ ਸਟੇਜ ਹੁੰਦੀ ਹੈ ਸੋਲਿਡ ਸਟੇਜ, ਦੂਸਰੀ ਸਟੇਜ ਦੇ ਵਿੱਚ ਹੁੰਦਾ ਲਿਕੁਇਡ ਫਿਊਲ, ਤੇ ਤੀਸਰੀ ਸਟੇਜ ਹੁੰਦੀ ਹੈ ਜੀ ਕ੍ਰਾਇਓਜੈਨਿਕ ਸਟੇਜ। ਇਹਨਾਂ ਸਾਰਿਆਂ ਬਾਰੇ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਲਾਂਚ ਵਹੀਕਲ ਵਾਲੀ ਵੀਡੀਓ ਬਕਾਇਦਾ ਦੇਖ ਸਕਦੇ ਹੋ। ਤੇ ਲਾਸਟ ਵਿੱਚ ਆਪਾਂ ਗੱਲ ਕਰਦੇ ਹਾਂ ਵਾਈ ਸਾਊਥ ਪੋਲ ਇਜ਼ ਚੂਜ਼ਨ, ਆਪਾਂ ਨੇ ਸਾਊਥ ਪੋਲ ਹੀ ਕਿਉਂ ਚੂਜ਼ ਕਰਿਆ ਸੀਗਾ ਜਿਹੜਾ ਇਹ ਵਿਕਰਮ ਲੈਂਡਰ ਸੀਗਾ ਇਹਨੂੰ ਲੈਂਡ ਕਰਾਉਣ ਦੇ ਲਈ, ਕਿਉਂਕਿ ਦੇਖੋ ਪਹਿਲੀ ਗੱਲ ਕਿਸੇ ਵੀ ਕੰਟਰੀ ਦਾ ਅੱਜ ਤੱਕ ਸਾਊਥ ਪੋਲ ਦੇ ਉੱਪਰ ਮਿਸ਼ਨ ਪਹੁੰਚਿਆ ਨਹੀਂ ਸਕਸੈਸਫੁਲੀ, ਤੇ ਇਹ ਜੇ ਆਪਣਾ ਮਿਸ਼ਨ ਸਕਸੈਸਫੁਲ ਹੋ ਜਾਂਦਾ ਤਾਂ ਆਪਣਾ ਇੰਡੀਆ ਪਹਿਲਾ ਕੰਟਰੀ ਬਣ ਜਾਂਦਾ ਜਿਹੜਾ ਕਿ ਮੂਨ ਦੇ ਸਾਊਥ ਪੋਲ ਦੇ ਉੱਪਰ ਸੌਫਟ ਲੈਂਡਿੰਗ ਕਰਵਾ ਪਾਉਂਦਾ ਠੀਕ ਹੈ। ਬਟ ਪੋਸੀਬਿਲਿਟੀ ਹੈ, ਕੁਝ ਵੀ ਹੋ ਸਕਦਾ ਹੈ। ਤੇ ਸਾਊਥ ਪੋਲ ਦੇ ਉੱਪਰ ਆ ਕੇ ਇਹਨੇ ਕੀ ਐਕਸਪਲੋਰ ਕਰਨਾ ਸੀ, ਇੱਕ ਤਾਂ ਇਹਨੇ ਪਾਣੀ ਵਾਟਰ ਐਕਸਪਲੋਰ ਕਰਨਾ ਸੀਗਾ, ਕਿਉਂਕਿ ਇਹ ਸਾਊਥ ਜਿਹੜਾ ਪੋਲ ਦਾ ਏਰੀਆ ਇਹ ਕਾਫੀ ਮਤਲਬ ਨਾਰਥ ਪੋਲ ਦੇ ਕੰਪੈਰੇਟਿਵਲੀ ਇੱਕ ਤਾਂ ਸ਼ੈਡੋ ਕਾਫੀ ਰਹਿੰਦੀ ਹੈ ਉਰੇ ਠੀਕ ਹੈ। ਉਸ ਤੋਂ ਇਲਾਵਾ ਇਹਨੂੰ ਅੱਜ ਤੱਕ ਐਕਸਪਲੋਰ ਪ੍ਰੋਪਰਲੀ ਨਹੀਂ ਕੀਤਾ ਗਿਆ, ਤੇ ਉਸ ਤੋਂ ਇਲਾਵਾ ਇੱਥੇ ਕੋਲਡ ਟ੍ਰੈਪਸ ਆਈਸ ਵਗੈਰਾ ਦੇ ਟ੍ਰੇਸਿਸ ਵੀ ਪਾਏ ਜਾ ਸਕਦੇ ਨੇ, ਤੇ ਫੋਸਿਲ ਜਿਹੜੇ ਅਰਲੀ ਸੋਲਰ ਸਿਸਟਮ ਦੇ ਫੋਸਿਲ ਇੱਥੋਂ ਮਿਲ ਸਕਦੇ ਨੇ, ਇਹ ਪੋਸੀਬਿਲਿਟੀ ਸੀ, ਤਾਂ ਕਰਕੇ ਆਪਾਂ ਨੇ ਸਾਊਥ ਪੋਲ ਨੂੰ ਚੁਣਿਆ ਸੀਗਾ। ਸੋ ਇਹ ਸੀਗਾ ਸਾਰਾ ਚੰਦਰਯਾਨ 2 ਮਿਸ਼ਨ ਬਾਰੇ। ਮਿਲਦੇ ਆਪਾਂ ਏਦਾਂ ਹੀ ਨਵੇਂ ਨਵੇਂ ਟੌਪਿਕਸ ਦੇ ਨਾਲ। ਧੰਨਵਾਦ।